ਸਬਸਕ੍ਰਾਈਬ ਟੂ ਆਰ ਯੂਟਿਊਬ ਚੈਨਲ, ਪ੍ਰੈਸ ਦਾ ਬੈਲ ਆਈਕਨ ਟੂ ਗੈਟ ਦਾ ਲੇਟੈਸਟ ਅਪ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈਂਦੇ ਪਏ। ਇੱਕ ਪਾਸੇ ਜਿੱਥੇ ਲੋਕ ਸਭਾ ਚੋਣਾਂ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਤਾਂ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ BSF ਅਤੇ ਪੰਜਾਬ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ 330 ਗ੍ਰਾਮ ਪਾਕਿਸਤਾਨ ਤੋਂ ਆਈ ਹੈਰੋਇਨ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸ਼ਾਮ ਪੁਲਿਸ ਅਤੇ BSF ਦੇ ਵੱਲੋਂ BOP ਬਲੇਲ ਕੇ ਹੰਸਲ ਵਿਖੇ ਸੂਚਨਾ ਦੇ ਆਧਾਰ ਤੇ ਸਰਚ ਆਪਰੇਸ਼ਨ ਕੀਤਾ ਅਤੇ ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਪੀਲੇ ਰੰਗ ਦਾ ਪੈਕਟ ਬਰਾਮਦ ਕੀਤਾ ਗਿਆ, ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਸੀਨੀਅਰ ਪੁਲਿਸ ਅਫਸਰ ਅਤੇ BSF ਦੀ ਟੀਮ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ। ਮਾਨਯੋਗ SSP ਸਾਹਿਬ ਫਾਜ਼ਿਲਕਾ, ਸ਼੍ਰੀਮਤੀ ਪ੍ਰਗਿਆ ਜੈਨ ਹੋਰਾਂ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਛੇੜੀ ਹੋਈ ਹੈ। ਬਾਰਡਰ ਦੇ ਉੱਪਰ ਸਮਗਲਿੰਗ ਨੂੰ ਰੋਕਣ ਲਈ BSF ਅਤੇ ਜਲਾਲਾਬਾਦ ਪੁਲਿਸ ਅਤੇ ਫਾਜ਼ਿਲਕਾ ਪੁਲਿਸ ਇਹ ਜੁਆਇੰਟ ਆਪਰੇਸ਼ਨ ਕਰਦੇ ਰਹਿੰਦੇ ਨੇ। ਕੱਲ੍ਹ ਵੀ ਸਾਡਾ ਇੱਕ ਜੁਆਇੰਟ ਆਪਰੇਸ਼ਨ ਸੀ, SC ਯਾਦਵ ਇਹਨਾਂ ਦੇ ਕੰਪਨੀ ਕਮਾਂਡਰ ਨੇ, 160 ਬਟਾਲੀਅਨ BSF ਅਤੇ ਜਲਾਲਾਬਾਦ ਪੁਲਿਸ, ਸਾਡਾ ਅਮੀਰ ਖਾਸ ਥਾਣੇ ਦੀ ਪੁਲਿਸ ਸੀ ਨਾਲ, ਇਹ ਸਰਚ ਆਪਰੇਸ਼ਨ 'ਤੇ ਸੀ ਅਤੇ ਇਹਨਾਂ ਨੂੰ ਸਰਚ ਦੇ ਦੌਰਾਨ ਉੱਥੇ ਹੈਰੋਇਨ ਬਰਾਮਦ ਹੋਈ 330 ਗ੍ਰਾਮ। ਜਿਹੜੀ ਹੈਰੋਇਨ ਆ ਉਹ ਨੈਚੁਰਲੀ ਸਾਡਾ ਜਿਹੜਾ ਗਵਾਂਢੀ ਮੁਲਕ ਹੈ ਉਹ ਹੀ ਜ਼ਿਆਦਾਤਰ ਸਪਲਾਈ ਕਰਦਾ। ਅਸੀਂ ਉਹਨਾਂ ਨੂੰ ਰੋਕਣ ਲਈ ਸਾਡੇ ਜਿਹੜੇ ਸਰਚ ਅਭਿਆਨ ਇਹ ਚੱਲਦੇ ਰਹਿੰਦੇ ਨੇ, ਅਤੇ ਕੱਲ੍ਹ ਉਸਦੀ ਲੜੀ ਵਿੱਚ ਹੀ ਸਰਚ ਚੱਲ ਰਹੀ ਸੀ ਅਤੇ ਜਿੱਥੋਂ ਇਹ ਸਾਨੂੰ ਹੈਰੋਇਨ ਬਰਾਮਦ ਹੋਈ। ਸਰ BOP ਕਿਹੜੀ ਸੀ? ਬਲੇਰ ਕੇ ਕਾਮਲ BOP ਸੀ ਅਤੇ 160 ਬਟਾਲੀਅਨ ਆਪਣਾ ਜਿੱਦਾਂ ਹੈੱਡਕੁਆਰਟਰ ਮੁਕਤਸਰ ਰੋਡ ਦੇ ਉੱਤੇ ਹੈ, ਇਹਨਾਂ ਦੀ ਡਿਪਲਾਈਮੈਂਟ ਇੱਥੇ ਹੋਈ ਹੋਈ ਹੈ ਅਤੇ ਜੁਆਇੰਟ ਆਪਰੇਸ਼ਨ ਦੇ ਤਹਿਤ ਅਸੀਂ ਇਹ ਰਿਕਵਰੀ ਕੀਤੀ ਹੈ। ਨਹੀਂ, ਹਜੇ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਇਸ ਸੰਬੰਧ ਵਿੱਚ ਅਸੀਂ FIR ਨੰਬਰ 22 ਡੇਟਡ 17/5/24 ਅੰਡਰ ਸੈਕਸ਼ਨ 21 NDPS ਐਕਟ ਦੇ ਤਹਿਤ ਅਸੀਂ ਇਹ ਮੁਕੱਦਮਾ ਦਰਜ ਕਰ ਲਿਆ। ਹੁਣ ਅਸੀਂ ਕਿੱਥੋਂ ਆਈ ਇਹ, ਕਿੱਥੇ ਜਾਣੀ ਸੀ ਅਤੇ ਮੁਜਰਮਾਂ ਦੀ ਤਲਾਸ਼ ਅਸੀਂ ਜਲਦ ਤੋਂ ਜਲਦ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਅਤੇ ਜੇਲ੍ਹ ਭੇਜਾਂਗੇ। ਇਹ ਜਿਹੜੀ 330 ਗ੍ਰਾਮ ਬਰਾਮਦ ਹੋਈ ਹੈ ਇਹਦੇ ਉੱਪਰ ਇੱਕ ਛੋਟੀ ਟਾਰਚ ਲੱਗੀ ਹੋਈ ਸੀ ਅਤੇ ਯੈਲੋ ਪੈਕਟ ਸੀਗਾ, ਯੈਲੋ, ਅਤੇ ਇਹ ਲੱਗਦਾ ਵੀ ਆਪਣਾ ਬਾਰਡਰ ਤੋਂ ਬਾਹਰ ਆਈ ਸੀ। ਯਾਨੀ ਕਿ ਡਰੋਨ ਦੇ ਰਾਹੀਂ? ਹੋ ਸਕਦਾ ਕਿਵੇਂ ਆਈ, ਡਰੋਨ ਰਾਹੀਂ ਆਈ ਹੋਗੀ ਕਿਉਂਕਿ ਬਾਰਡਰ ਤੋਂ ਥੋੜ੍ਹਾ ਦੂਰ 'ਤੇ ਸੀਗੀ। ਸਰ ਸਖ਼ਤੀ ਇੰਨੀ ਹੋਣ ਦੇ ਬਾਵਜੂਦ ਵੀ ਹਰ ਰੋਜ਼ ਦਿਨ ਬ ਦਿਨ ਜਿਹੜੀ ਉੱਤੋਂ ਹੀਰੋਇਨ ਨਜ਼ਰ ਆ ਰਹੀ, ਸਰ ਕਿਉਂ ਆ ਰਹੀ ਇੰਨੀ ਸਖ਼ਤੀ ਦੇ ਬਾਅਦ? ਦੇਖੋ, ਇਹ ਤਾਂ ਇੱਕ ਸਾਡੇ ਜੇ ਗਵਾਂਢੀ ਮੁਲਕ ਨੂੰ ਇਹਨਾਂ ਨੇ ਮੀਟਿੰਗ ਰੱਖੀ ਆ, BSF ਨੇ, ਜਿਹੜੀ ਇੱਕ ਉਲਾਂਭਾ ਦੇਣ ਵਾਲੀ ਮੀਟਿੰਗ ਹੁੰਦੀ ਆ, ਅੱਜ ਇਹਨਾਂ ਦੀ ਫਿਕਸ ਹੋਈ ਹੈ ਅਤੇ ਉਸ 'ਚ ਉਲਾਂਭਾ ਇਹਦਾ ਆਪਣਾ ਦਰਜ ਕਰਨਗੇ ਅਤੇ ਵੀ ਇੱਦਾਂ ਦੀ ਹਰਕਤਾਂ ਤੋਂ ਬਾਜ਼ ਆਉਣ, ਨਹੀਂ ਤਾਂ ਸਾਡੀ ਜਿਹੜੀ ਫੌਜ ਹੈ ਸਾਡੀ ਮੁਸਤੈਦ ਹੈ, ਪੰਜਾਬ ਪੁਲਿਸ, ਜਲਾਲਾਬਾਦ ਪੁਲਿਸ ਅਤੇ BSF ਪੂਰੀ ਬਾਰਡਰ 'ਤੇ ਅਸੀਂ ਮੁਸਤੈਦ ਹਾਂ। ਇਹ ਇਹਨਾਂ ਨੇ ਆਪਣੀ ਹਰਕਤਾਂ ਕਰਨੀਆਂ, ਅਸੀਂ ਬਿਲਕੁਲ ਇਹਨੂੰ ਰੋਕਾਂਗੇ, ਇਹ ਹਰਕਤ ਬਿਲਕੁਲ ਨਹੀਂ ਹੋਣ ਦੇਣਾ।